ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਇਮੀਗ੍ਰੇਸ਼ਨ ਆਫਿਸ ਹੈ ਉਹਦਾ ਪ੍ਰੀਵੀਅਸਲੀ ਜਿਹੜਾ ਮੇਰੀ ਬੈਕਗਰਾਊਂਡ ਹੈ ਕੈਨੇਡਾ ਦਾ ਸਿਟੀਜ਼ਨ ਸਿਰਾ ਲਾਉਣ ਦਾ ਦਿੱਲੀ 'ਚ ਉਹ ਅੱਜ ਤਕਰੀਬਨ 3:30 ਇੱਥੇ 3 ਵਿਅਕਤੀ ਜਿਹੜੇ ਅੰਦਰ ਆਏ ਹਾਂ ਜਿਹਨਾਂ 'ਚ ਇੱਕ ਮੁੰਡੇ ਨੇ ਮੂੰਹ ਬੰਨਿਆ ਅਸੀਂ ਜਿਹੜਾ ਬਿਲਡਿੰਗ ਦੇ ਬਾਹਰ 2 ਬੰਦੇ ਅੰਦਰ ਜਾ ਕੇ ਇਹਨਾਂ ਦੇ ਸਟਾਫ ਦੇ ਨਾਲ ਗੱਲਬਾਤ ਜ਼ਰੂਰ ਕਰਦੇ ਰਹੇ ਵੀ ਦਲਜੀਤ ਸਿੰਘ ਕਿੱਥੇ ਉਹ ਆਊਟ ਆਫ ਸਟੇਸ਼ਨ ਹੈ ਉੱਥੇ ਉਹ ਇਨਕੁਆਇਰੀ ਵੀ ਕਰਕੇ ਬਾਹਰ ਆ ਗਏ ਜਦੋਂ ਬਾਹਰ ਆਏ ਹਾਂ ਆਪਣੇ ਵੀ 2 ਹਵਾਈ ਫਾਇਰ ਵਾਈ ਫਾਇਰ ਕਰਨ ਤੋਂ ਬਾਅਦ ਜਿਹੜੀ ਆਪਣੀ ਸਵਿਫਟ ਡਿਜ਼ਾਇਰ ਕਾਰ ਸੀ ਉਹ ਜਿਹੜੇ 4 ਵਿਅਕਤੀ ਸੀ ਬਾਹਰ ਸੀ ਉਹ ਚਲੇ ਉਹਨਾਂ ਨੇ ਮੌਕਾ ਉਹਨਾਂ ਦੇ ਫਾਦਰ ਜਿਹੜੇ ਇੱਥੇ ਹੈਗੇ ਸੀ ਉਹਨਾਂ ਦੇ ਬਿਆਨ 3 ਕਦਮਾਂ ਦਰਜ ਕਰਕੇ ਅੱਗੇ ਜਿਹੜੀ ਉਹਦੀ ਪੜਤਾਲ ਸਰ ਕਿੰਨੇ ਫਾਇਰ ਕੀਤੇ 2-3 ਫਾਇਰ 2 ਜਾਂ 3 ਉਹਨਾਂ ਦੇ ਦੱਸੋ ਮੁਟਾ ਚੱਲਣਾ ਬਾਕੀ ਸੀ ਸੀ ਟੀ ਵੀ ਫੁਟੇਜ ਵਗੈਰਾ ਚੈੱਕ ਕਰ ਵਾਈ ਫਾਇਰ ਕਿੰਨੇ ਜਾਂ ਕੀ ਹੋਏ ਜਿਹੜੇ ਉਹਨਾਂ ਦੀ ਸੀ ਸੀ ਟੀ ਵੀ ਜਿਹੜੀ ਫੁਟੇਜ ਹੈ ਉਹਨੂੰ ਐਗਜ਼ਾਮਿਨ ਕਰਾਂਗੇ ਅਤੇ ਉਸ ਤੋਂ ਬਾਅਦ ਜਿਹੜੇ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਾਂਗੇ ਅਤੇ ਬੈਕਗਰਾਊਂਡ ਆਫ ਦਾ ਮੈਟਰ ਪਤਾ ਲੱਗੇ ਕੋਈ ਪੈਸੇ ਦਾ ਲੈਣ ਅਤੇ ਹਾਲ ਦੀ ਘੜੀ ਜਿਹੜਾ ਬਲਜੀਤ ਸਿੰਘ ਨਾਲ ਕੋਈ ਗੱਲ ਕੀਤੀ ਉਹਨੇ ਅਜੇ ਕੋਈ ਸ਼ੱਕ ਨਹੀਂ ਜਾਇਜ਼ ਕੀਤਾ ਕਿ ਮੇਰੀ ਕਿਸੇ ਨਾਲ ਕੋਈ ਐਨਮਿਟੀ ਹੈ ਜਾਂ ਕੋਈ ਪੁਰਾਣਾ ਪਿਓ ਬਟ ਉਹ ਉਸ ਨੂੰ ਡੀਪਲੀ ਜਿਹੜੀ ਕੋਸ਼ਿਸ਼ ਕਰਕੇ ਫਿਰ ਅਸੀਂ ਦੇਖਾਂਗੇ ਸਮਥਿੰਗ ਕੋਈ ਨਾ ਕੋਈ ਬਿਹਾਈਂਡ ਕੋਈ ਰੰਜਿਸ਼ ਉਸੇ ਜੇ ਹੋਰ ਉਹਦਾ ਉਹ ਸਾਰੇ ਐਂਗਲ ਵੈਰੀਫਾਈ ਕਰਾਂਗੇ ਸਟਾਫ ਜਿਹੜਾ ਸਟਾਫ ਹੈ ਜੀ ਉਹਦੇ ਨਾਲ ਕਿਸੇ ਨਾਲ ਕੋਈ ਮਿਸ ਹੈਪਨਿੰਗ ਹੋਈ ਹੈ ਜਾਂ ਕਿਸੇ ਨਾਲ ਕਿਸੇ ਸਟਾਫ ਨਾਲ ਕੋਈ ਮੈਨਹੈਂਡਲਿੰਗ ਨਹੀਂ ਕੋਈ ਤਲਕੀ ਨਹੀਂ ਕੋਈ ਕੁਛ ਨਹੀਂ ਬਟ ਉਹ ਓਨਰ ਬਾਰੇ ਜ਼ਰੂਰ ਉਹਨਾਂ ਨੂੰ ਵਾਰ ਵਾਰ ਪੁੱਛਦੇ ਵੀ ਉਹ ਬਲਜੀਤ ਸਿੰਘ ਕਿੱਥੇ ਸਾਨੂੰ ਮਿਲਾਓ ਬਟ ਉਹ ਆਊਟ ਆਫ ਸਟੇਸ਼ਨ ਹੋਣ ਕਾਰਨ ਨਹੀਂ ਉਹਨੂੰ ਮਿਲ ਸਕੇ ਅਤੇ ਫਿਰ ਕੁਛ ਦੇਰ 10-12 ਮਿੰਟ ਇੱਥੇ ਰਹੇ ਅਤੇ ਤੁਹਾਨੂੰ ਬਾਹਰ ਆ ਕੇ ਅਤੇ ਉਹਨਾਂ ਜਾਂਦੇ ਹੋਏ ਹਵਾਲ ਕਰ ਟੋਟਲ ਕਿੰਨੇ ਵਿਅਕਤੀ ਇੱਥੇ ਆਪਣਾ ਨਾਮ ਵੀ ਕਹਿੰਦੇ ਲਿਖਿਆ ਉਹਨਾਂ ਨੇ ਲਿਖਿਆ ਬਟ ਉਹ ਜਿਹੜਾ ਮੋਬਾਈਲ ਨੰਬਰ 'ਤੇ ਨਾਮ ਉਹ ਨਹੀਂ ਆ ਉਹ ਫੇਕ ਹੈ ਟੋਟਲ ਕਿੰਨੇ ਵਿਅਕਤੀ ਸਰ ਚੈੱਕ ਕਰ ਲਓ ਕਿੰਨੇ ਵਿਅਕਤੀ ਸਰ ਟੋਟਲ 3 ਵਿਅਕਤੀ ਜਿਹੜੇ ਅੰਦਰ ਗਏ ਇੱਕ ਬਾਹਰ ਸੀ ਓਕੇ ਥੈਂਕ ਯੂ Please subscribe our channel for more updates. You can follow us on Twitter and Facebook.